ਸਰਦਾ ਹੁੰਦਾ ਸਮੇਕਰ ਨੂੰ ਲੱਭਣਾ ਹੁੰਦਾ ਜਾਂ ਗੈਂਗਸਟਰ ਨੂੰ ਲੱਭਣਾ ਹੁੰਦਾ ਤੇ ਇਹਨਾਂ ਨੂੰ ਕਦੇ ਦਾ ਲੱਭ ਲੈਣਾ ਨਹੀਂ ਯਾਰ ਬਈ ਕੋਈ ਨਹੀਂ ਕਰਦੇ ਸਿਰਫ ਇਹਨਾਂ ਨੂੰ ਇਹੀ ਆ ਵੀ ਸਾਡਾ ਰੈਂਕ ਵਧੇ ਬਸ ਹੋਰ ਸਾਨੂੰ ਮਤਲਬ ਕੋਈ ਨਹੀਂ ਬੱਚਾ ਇਹਨਾਂ ਦੇ ਕੋਲ ਹੈਗਾ ਸਰ ਸਾਨੂੰ ਅੱਠ ਅੱਠ ਬੱਚਾ ਚਾਹੀਦਾ ਆ ਇਹ ਰੋਜ਼ ਲਾਰੇ ਨਾਲ ਆਉਣ ਕਦੀ ਕਾਲੇ ਦੇ ਦਾਂਗੇ ਦੋ ਕੇ ਲੈਂਦੇ ਦਾਂਗੇ ਚੌਣ ਵੀ ਦੇ ਦਾਂਗੇ 14 ਸਾਲ ਬਾਅਦ ਬੱਚਾ ਹੋਇਆ ਠੀਕ ਹੈ ਬੱਚਾ ਇਹਨਾਂ ਦੇ ਕੋਲ ਹੈਗਾ ਮੈਨੂੰ ਜਿੱਥੋਂ ਮਰਜ਼ੀ ਦੇਣ ਮੇਰਾ ਬੱਚਾ ਚਾਹੀਦਾ ਠੀਕ ਹੈ ਜੀ ਅਸੀਂ ਜਿਹੜੇ ਮੇਨ ਦੋ ਕਿਊਜ਼ ਫੜੇ ਆ ਜੀ ਜੀ ਇੱਕ ਫੜਿਆ ਹੈ ਜੀ ਰੌਕੀ ਮਸੀ ਹਾਂਜੀ ਤੇ ਦੂਜਾ ਜਿਹੜਾ ਫੜਿਆ ਜੀ ਉਹਦਾ ਕਰਨ ਕੁਮਾਰ ਜੀ ਬਟਾਲੇ ਤੋਂ ਅਰੈਸਟ ਕੀਤੇ ਹੋਏ ਅਜੇ ਇਕੱਠ ਕੁਛ ਵੀ ਨਹੀਂ ਹੋਇਆ ਅਸੀਂ ਹੋਰ ਵੀ ਇਕੱਠ ਕਰਾਂਗੇ ਅਸੀਂ ਇਹ ਜਗ੍ਹਾ ਨੂੰ ਉਦੋਂ ਤੱਕ ਨਹੀਂ ਛੱਡਣਾ ਜਦ ਤੱਕ ਸਾਨੂੰ ਬੱਚਾ ਨਾ ਮਿਲਿਆ ਜਿਹੜੇ ਅਸੀਂ ਉਹਨਾਂ ਦੇ ਸਟੇਟਸ ਵਗੈਰਾ ਸੀਗੇ ਜਿਹੜੇ ਜਿਹੜੇ ਪਿੰਡੋਂ ਗਏ ਸਰ ਆਪਾਂ ਸਾਰੇ ਪਾਸੇ ਰੇਡ ਮਾਰਿਆ ਚੌਦਾਂ ਸਾਲ ਬਾਅਦ ਬੱਚਾ ਹੋਇਆ ਠੀਕ ਹੈ ਬੱਚਾ ਇਹਨਾਂ ਦੇ ਕੋਲ ਹੈਗਾ ਮੈਨੂੰ ਜਿੱਥੋਂ ਮਰਜ਼ੀ ਦੇਣ ਮੇਰਾ ਬੱਚਾ ਚਾਹੀਦਾ ਠੀਕ ਹੈ ਜੀ ਜੇ ਇਹਨਾਂ ਕੋਲ ਬੱਚਾ ਨਹੀਂ ਹੈਗਾ ਤਾਂ ਫਿਰ ਮੈਨੂੰ ਕਿਉਂ ਕਹਿੰਦੇ ਪਏ ਆ ਕਿ ਤੈਨੂੰ 4 ਵਜੇ ਬੱਚਾ ਮਿਲ ਜਾਏਗਾ 8 ਵਜੇ ਬੱਚਾ ਮਿਲ ਜਾਏਗਾ ਤੇਰੀ ਝੋਲੀ 8 ਵਜੇ ਬੱਚਾ ਪੈ ਜਾਏਗਾ ਤੇਰੀ ਝੋਲੀ 6 ਵਜੇ ਪੈ ਜਾਏਗਾ ਜੇ ਇਹਨਾਂ ਕੋਲ ਬੱਚਾ ਨਾ ਹੁੰਦਾ ਫਿਰ ਇੰਨੀ ਗੱਲ ਕਹਿਣੀ ਨਹੀਂ ਸੀ ਇਹਨਾਂ ਨੇ ਇਹ SHO ਸਾਹਿਬ ਕਹਿ ਰਹੇ ਕਿ ਤੈਨੂੰ ਬੱਚਾ 8 ਵਜੇ ਮਿਲ ਜਾਏਗਾ 6 ਵਜੇ ਬੱਚਾ ਮਿਲ ਜਾਏਗਾ ਰੋਜ਼ 4 ਦਿਨ ਹੋ ਗਏ ਮੈਨੂੰ ਏਸੀ ਕਹਿੰਦੇ ਰਹੇ ਵੀ ਮਿਲ ਕੇ ਤੈਨੂੰ ਬੱਚਾ ਮਿਲ ਜਾਏਗਾ ਇਹਦਾ ਮਤਲਬ ਕਿ ਮਾੜੀ ਕਾਰਵਾਈ ਕਾਰਵਾਈ ਕੋਈ ਨਹੀਂ ਕਰਦੇ ਸਿਰਫ ਇਹਨਾਂ ਨੂੰ ਇਹੀ ਆ ਵੀ ਸਾਡਾ ਰੈਂਕ ਵਧੇ ਬਸ ਹੋਰ ਸਾਨੂੰ ਮਤਲਬ ਕੋਈ ਨਹੀਂ ਬੱਚਾ ਇਹਨਾਂ ਦੇ ਕੋਲ ਹੈਗਾ ਸਰ ਮੈਨੂੰ ਬੱਚਾ ਚਾਹੀਦਾ ਜਿੱਥੋਂ ਮਰਜ਼ੀ ਦੇ ਇਹ ਕਾਰਵਾਈ ਨਹੀਂ ਕਰ ਰਹੇ ਕਿ ਜੇ ਕਾਰਵਾਈ ਕਰਨ ਦਾ ਹੀ ਹੋਣਾ ਤੁਹਾਨੂੰ ਬੱਚਾ ਮਿਲ ਜਾਣਾ ਸੀ ਅਗਰ ਜੇ ਕਿਸੇ ਅਫਸਰ ਦਾ ਹੁੰਦਾ ਸਮੇਕਰ ਨੂੰ ਲੱਭਣਾ ਹੁੰਦਾ ਜਾਂ ਗੈਂਗਸਟਰ ਨੂੰ ਲੱਭਣਾ ਹੁੰਦਾ ਤੇ ਇਹਨਾਂ ਨੂੰ ਕਦੇ ਦਾ ਲੱਭ ਲੈਣਾ ਸੀ ਭਾਲੀਕ ਨੇ ਇਹੀ ਗੱਲ ਹੈ ਕਿ ਅਸੀਂ ਘੱਟ ਮੁੱਦਾ ਉਠਾ ਰਹੇ ਹਾਂ ਅਗਰ ਜੇ ਮੁੱਦਾ ਜ਼ਿਆਦਾ ਉਠਾਈਏ ਤੇ ਫਿਰ ਸ਼ਾਇਦ ਇਹ ਲੱਭ ਲੈਣ ਭਾਲੀਕ ਨੇ ਕਾਰਵਾਈ ਘੱਟ ਕਰ ਰਹੇ ਆ ਅਸੀਂ ਮੰਗ ਇਹੀ ਕਰ ਰਹੇ ਹਾਂ ਕਿ ਸਾਨੂੰ ਅੱਠ ਅੱਠ ਬੱਚਾ ਚਾਹੀਦਾ ਆ ਇਹ ਰੋਜ਼ ਲਾਰੇ ਨਾਲ ਆਉਣ ਕਦੀ ਕਾਲੇ ਦੇ ਦਾਂਗੇ ਦੋ ਕੇ ਲੈਂਦੇ ਦਾਂਗੇ ਚੌਣ ਵੀ ਦੇ ਦਾਂਗੇ ਅਗਰ ਜੇ ਇਸੇ ਤਰ੍ਹਾਂ ਹਲਾ ਰਹੀ ਤੇ ਅਜੇ ਪਬਲਿਕ ਕੁਛ ਨਹੀਂ ਹੋਈ ਵੀ ਅਜੇ ਇਕੱਠ ਕੁਛ ਵੀ ਨਹੀਂ ਹੋਇਆ ਅਸੀਂ ਹੋਰ ਵੀ ਇਕੱਠ ਕਰਾਂਗੇ ਅਸੀਂ ਇਹ ਜਗ੍ਹਾ ਨੂੰ ਉਦੋਂ ਤੱਕ ਨਹੀਂ ਛੱਡਣਾ ਜਦ ਤੱਕ ਸਾਨੂੰ ਬੱਚਾ ਨਾ ਮਿਲਿਆ ਚਾਹੇ ਸ਼ਾਮ ਹੀ ਪੈ ਜਾਏ ਜਗ੍ਹਾ ਤੇ ਚਾਹੇ ਕੁਛ ਵੀ ਕਰ ਲੈਣ ਪਰ ਅਸੀਂ ਇਹ ਜਗ੍ਹਾ ਤੇ ਨਹੀਂ ਛੱਡਣਾ ਕਿਉਂਕਿ ਇਹ ਇਹਨਾਂ ਦੀ ਵਜ੍ਹਾ ਦੇ ਕਾਰਨ ਹੀ ਜੋ ਸਿਕਿਉਰਿਟੀ ਗਾਰਡ ਬੀਬੀ ਨਾਨਕ ਦੇਵ ਜੀ ਦੇ ਹਸਪਤਾਲ ਵਿੱਚ ਰੱਖੇ ਗਏ ਆ ਉਹਨਾਂ ਦੀ ਵਜ੍ਹਾ ਦੇ ਕਾਰਨ ਕੁਝ ਡਾਕਟਰਾਂ ਦੀ ਵਜ੍ਹਾ ਦੇ ਕਾਰਨ ਪੁਲਿਸ ਦੀ ਵਜ੍ਹਾ ਦੇ ਕਾਰਨ ਕਿਉਂਕਿ ਇਹ ਕਾਰਵਾਈ ਉੱਥੋਂ ਦੀ ਕਰ ਨਹੀਂ ਰਹੇ ਅਗਰ ਜੇ ਉੱਥੋਂ ਦੀ ਕਰਨ ਕਾਰਵਾਈ ਤਾਂ ਫਿਰ ਸ਼ਾਇਦ ਕੁਝ ਹੋ ਸਕਦਾ ਆ ਮਤਲਬ ਕਿ ਉਹ ਵੀ ਡਾਕਟਰ ਵੀ ਨਹੀਂ ਇਹਨਾਂ ਨੂੰ ਆਣ ਕੇ ਕਹਿ ਰਹੇ ਜੇ ਸਿਕਿਉਰਿਟੀ ਗਾਰਡੀਆਂ ਤੋਂ ਗਲਤੀ ਹੋਈ ਆ ਤਾਂ ਉਹ ਵੀ ਨਹੀਂ ਕਹਿ ਰਹੇ ਆਣ ਕੇ ਵੀ ਜਾਂ ਇਹਨਾਂ ਦੀ ਮਦਦ ਕਰੋ ਨਹੀਂ ਕਰ ਰਿਹਾ ਸਾਡੀ ਆਣ ਕੇ ਅਸੀਂ ਆਪ ਹੀ ਸਾਰਾ ਕੁਝ ਕਰ ਰਹੇ ਹਾਂ ਸਰਕਾਰ ਦਾ ਹੀ ਸਾਰਾ ਕਸੂਰ ਆ ਸਕੇ ਜੇ ਸਰਕਾਰ ਕੋਈ ਇਹਨਾਂ ਨੂੰ ਕੋਈ ਮਤਲਬ ਇਹਨਾਂ ਦੇ ਜ਼ੋਰ ਪਾਵੇ ਸਰਕਾਰ ਦਾ ਕੋਈ ਮਹਿੰਦਾ ਆਵੇ ਇਸ ਜਗ੍ਹਾ 'ਤੇ MLA ਆਵੇ ਕੋਈ ਅਫਸਰ ਆਵੇ ਕਮ ਸੇ ਕਮ ਆਣ ਕੇ ਤਾਂ ਕੁਛ ਨਾ ਕੁਛ ਤਾਂ ਇਹਨਾਂ ਨੂੰ ਕਹੇ ਪਰ ਲੇਕਿਨ ਉਹ ਵੀ ਨਹੀਂ ਕੋਈ ਆ ਰਿਹਾ ਕਿਉਂਕਿ ਸਰਕਾਰ ਹੀ ਬੇਵਕੂਫ ਹੈ ਸਰਕਾਰ ਹੀ ਬਹੁਤ ਬੇਵਕੂਫ ਹੀ ਕਹਿ ਸਕਦੇ ਔਰ ਕੁਛ ਨਹੀਂ ਕਹਿ ਸਕਦੇ ਭਗਵੰਤ ਮਾਨ ਦੀ ਸਰਕਾਰ ਵੀ ਹਾਏ ਹਾਏ ਆ ਅਗਰ ਜੇ ਮਹਿੰਦਾ ਕੋਈ ਧਰਤੀ 'ਤੇ ਹੁੰਦਾ ਜਿਹਦੇ ਬਣਾਇਆ ਹੁੰਦਾ ਇਹ ਨਹੀਂ ਚਾਹੁੰਦੇ ਕਿ ਗਾਂ ਹੀ ਬਣ ਜਾਈਏ ਬੰਦ ਕਰ ਦੀ ਲਿਫਾਵੇ ਢਾਡਾ ਉਹ ਸਾਬ ਹੋਇਆ ਕਿੰਨੇ ਦਿਨ ਹੋ ਗਏ 4 ਦਿਨ ਹੋ ਗਏ ਸਾਨੂੰ ਉਹ ਖੇਤ ਹੈ ਨੂੰ ਬੱਤੇ ਜੀ 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 ਅਸੀਂ ਜਿਹੜੇ ਮੇਨ ਦੋ ਕਿਊਜ਼ ਫੜੇ ਆ ਜੀ ਜੀ ਇੱਕ ਫੜਿਆ ਹੈ ਜੀ ਰੌਕੀ ਮਸੀ ਹਾਂਜੀ ਤੇ ਦੂਜਾ ਜਿਹੜਾ ਫੜਿਆ ਜੀ ਉਹਦਾ ਕਰਨ ਕੁਮਾਰ ਜੀ ਬਟਾਲੇ ਤੋਂ ਅਰੈਸਟ ਕੀਤੇ ਹੋਏ ਦੋ ਬੰਦੇ ਅਰੈਸਟ ਕੀਤੇ ਹੈਗੇ ਜੀ ਹਾਂਜੀ ਤੇ ਉਹ ਬੱਚਾ ਅੱਗੇ ਪਿੱਛੇ ਹੋਈ ਗਈ ਕੀ ਚੱਕਰ ਹੈ ਅਸੀਂ ਜਿਹੜੇ ਨਾ ਉਹਦੇ ਪਿੰਡਾਂ ਦੇ ਵਿੱਚ ਕਰਨਾ ਦੇਵੇ ਅਸੀਂ ਉਹਨਾਂ ਦੇ ਘਟਨਾਵਾਂ ਸਾਹਮਣੇ ਆਈਆਂ ਕਿ ਤਾਂਤਰਿਕ ਦੇ ਚੱਕਰ 'ਚ ਵੱਜ ਜਾਂਦਾ ਕੋਈ ਬੱਚੇ ਦੀ ਬਲੀਆਂ ਦਾ ਕੰਮ ਸਾਹਮਣੇ ਆਇਆ ਬੜੀਆ ਤੇ ਜੇ ਬੱਚੇ ਦੇਖੋ ਜੀ ਆਪਾਂ ਉਹਦੇ ਮਗਰ ਲੱਗੇ ਹੋਏ ਆ ਡਾਕਟਰ ਆਪਾਂ ਨੂੰ ਅਰੈਸਟ ਕਰਨ ਤੋਂ ਬਾਅਦ ਸਾਨੂੰ ਦੱਸ ਸਕਦੇ ਕੀ ਹੋਇਆ ਸਾਰੀ ਗੱਲ ਬਾਤ ਜੀ ਤਾਂ ਬਿਲਕੁਲ ਗੱਲ ਦੇ ਵਿੱਚ ਸਾਡਾ ਕੋਈ ਇਹ ਜਿਹੜੇ ਅਸੀਂ ਉਹਨਾਂ ਦੇ ਸਟੇਟਸ ਵਗੈਰਾ ਸੀਗੇ ਜਿਹੜੇ ਜਿਹੜੇ ਪਿੰਡੋਂ ਗਏ ਹੋ ਸਰ ਆਪਾਂ ਸਾਰੇ ਪਾਸੇ ਰੇਡ ਮਾਰਿਆ ਬਿਲਕੁਲ ਪੁਲਿਸ ਕੰਮ ਕਰ